हाँ जी, गुड आफ्टरनून स्टूडेंट्स। आज असी को टॉपिक करांगे इंट्रोडक्शन टू ऑपरेटिंग सिस्टम। मैनू लगता है कि तुम पिछला टॉपिक समझ आ गया होगा। जो कोई डाउट है तो तुम मैं दस सकते हैं। तो इंट्रोडक्शन टू ऑपरेटिंग सिस्टम, ऑपरेटिंग सिस्टम रिलेटेड तुम पहले भी वीडियो सेंड कीतिया सी। आई होप तुम वो देखिया होंगिया, तुम कुछ आइडिया लग गया होगा कि की हैगा। तो फिर भी असी अज बुक के सिलेबस के अकॉर्डिंग थोड़ा जहाँ होर भी इलैबोरेट करने की कोशिश करा इन मोर सिंपलर मैनर। ये देखो, ऑपरेटिंग सिस्टम में भी व्यूड एज एन ऑर्गनाइज्ड कलेक्शन ऑफ प्रोग्राम्स और प्रोसीजर्स फॉर ऑपरेटिंग द कंप्यूटर। इट प्रोवाइड्स एन एनवायरमेंट फॉर द एग्जीक्यूशन ऑफ द प्रोग्राम्स एंड इट एक्ट्स एज एन इंटरफेस बिटवीन द कंप्यूटर हार्डवेयर एंड द यूजर्स ऑफ द कंप्यूटर सिस्टम। ये वाली जी लाइन है तुम बहुत ज्यादा वीडियोज़ जो सेंड की देखी होनी कॉमन। उन्होंने बोलिया कि इट एक्ट एज एन इंटरफेस बिटवीन द कंप्यूटर हार्डवेयर एंड द यूजर्स ऑफ द कंप्यूटर सिस्टम। सो एक कनैक्शन जो है वो वास्ते यूज हों कंप्यूटर हार्डवेयर के यूजर कनैक्टिंग लिंक है ओपरेटिंग सिस्टम। अदरवाइज जो यूजर है वो कंप्यूटर हार्डवेयर असैस नहीं कर सकता। ਉਹਦੇ ਵਾਸਤੇ ਉਹਨੂੰ ਇੱਕ ਔਰਗਨਾਈਜ਼ਡ ਸੈਟ ਆਫ ਪ੍ਰੋਗਰਾਮਸ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਇਹਦੇ 'ਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਕੈਸਾ ਮਾਹੌਲ ਕ੍ਰੀਏਟ ਕਰਦਾ ਹੈ ਓਪਰੇਟਿੰਗ ਸਿਸਟਮ, ਜਿਹਦੇ ਨਾਲ ਕਿ ਅਸੀਂ ਆਪਣੇ ਪ੍ਰੋਗਰਾਮਸ ਨੂੰ ਐਗਜੀਕਿਊਟ ਕਰ ਸਕਦੇ ਹਾਂ। ਤੁਸੀਂ ਇਹ ਡਾਇਗਰਾਮ ਵੀ ਦੇਖ ਸਕਦੇ ਹੋ ਕਿ ਯੂਜ਼ਰਸ ਦਿੱਤੇ ਹੋਏ ਨੇ ਉੱਪਰ ਔਰ ਫਿਰ ਕੰਪਿਊਟਰ ਹਾਰਡਵੇਅਰ ਹੈ ਸਭ ਤੋਂ ਅੰਦਰ ਔਰ ਇੱਕ ਓਪਰੇਟਿੰਗ ਸਿਸਟਮ ਹੈ ਜੋ ਕਿ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਕਨੈਕਟ ਕਰਦਾ ਹੈ। ਠੀਕ ਹੈ ਜੀ। ਇਹਦੇ ਨਾਲ ਹੁਣ ਨੈਕਸਟ ਹੈ ਕਿ ਓਪਰੇਟਿੰਗ ਸਿਸਟਮ ਇਜ਼ ਰਿਸਪੋਂਸੀਬਲ ਫਾਰ ਦ ਸਮੂਥ ਐਂਡ ਐਫੀਸ਼ੀਐਂਟ ਵਰਕਿੰਗ ਆਫ ਕੰਪਿਊਟਰ ਸਿਸਟਮ। ਇਟ ਮੈਨੇਜਿਸ ਆਲ ਦ ਰਿਸੋਰਸਿਸ ਆਫ ਦ ਕੰਪਿਊਟਰ ਲਾਈਕ ਮੈਮਰੀ, CPU, IO ਡਿਵਾਈਸਿਸ ਐਕਸੈਟਰਾ। IO ਡਿਵਾਈਸਿਸ ਦਾ ਮਤਲਬ ਇਨਪੁੱਟ ਆਊਟਪੁੱਟ ਡਿਵਾਈਸਿਸ। ਸੋ ਇਟ ਇਜ਼ ਆਲਸੋ ਟਰਮਡ ਐਜ਼ ਦੀ ਰਿਸੋਰਸ ਮੈਨੇਜਰ। ਹੁਣ ਕੰਪਿਊਟਰ ਦੇ ਵਿੱਚ ਜਿੰਨੀਆਂ ਵੀ ਰਿਸੋਰਸਿਸ ਨੇ, ਮੈਮਰੀ ਹੈ, CPU ਹੈ, ਉਹ ਕਿਸ ਤਰੀਕੇ ਨਾਲ ਕੰਮ ਕਰਨਗੇ, ਉਹਨਾਂ ਨੂੰ ਕੌਣ ਗਾਈਡ ਕਰੇਗਾ, ਉਹਨੂੰ ਮੈਨੇਜ ਕਰਨ ਦਾ ਕੰਮ ਓਪਰੇਟਿੰਗ ਸਿਸਟਮ ਦਾ ਹੈ। ਇਸ ਤਰੀਕੇ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਓਪਰੇਟਿੰਗ ਸਿਸਟਮ ਜੋ ਹੈ ਉਹ ਪ੍ਰੋਗਰਾਮਸ ਨੂੰ ਕੰਟਰੋਲ ਕਰਨ ਦਾ ਕੰਮ ਵੀ ਕਰਦਾ। ਸੋ ਇਟ ਇਜ਼ ਦ ਕੰਟਰੋਲਰ ਆਫ ਦੀ ਪ੍ਰੋਗਰਾਮ। ਇਹ ਤੁਸੀਂ ਲਾਈਨਸ, ਵਰਡਸ, ਇੰਪੋਰਟੈਂਟ ਆਪਣੇ ਨੋਟਸ ਵਿੱਚ ਅੰਡਰਲਾਈਨ ਵੀ ਕਰੀ ਜਾਣੇ ਹੈ, ਸੋ ਦੈਟ ਕਿ ਤੁਹਾਨੂੰ ਨਾਲ ਨਾਲ ਪਤਾ ਚੱਲੇ ਕਿ ਇੱਕ ਇੱਕ ਲਾਈਨ ਦੇ ਵਿੱਚ ਵੱਖਰਾ ਕੀ ਕੀ ਆਈਡੀਆ ਦੱਸਿਆ ਜਾ ਰਿਹਾ। After loading the program in the memory, the operating system manages and controls the interaction of the user with the various IO devices. Matlab, as a controller, ek hi kam karda hun inna lines vich unhone as a controller di gal kiti hai. So you can write in points ke as a controller oh ki karda hai, as a resource manager oh ki karda hai. So you need not write in paragraphs jivein itthe book vich ditta hoya. Book vich den da purpose kuch hor hunda hai. ਐਜ਼ ਅ ਸਟੂਡੈਂਟ ਤੁਸੀਂ ਜਿਵੇਂ ਉਹਨੂੰ ਲਿਖਣਾ, ਉਹਦਾ ਪਰਪਸ ਕੁਛ ਹੋਰ ਹੁੰਦਾ। ਇਸ ਕਰਕੇ ਤੁਸੀਂ ਉਸ ਤਰੀਕੇ ਨਾਲ ਉਹਨੂੰ ਨੋਟ ਕਰਨਾ ਹੈ ਜਿਵੇਂ ਤੁਹਾਡੀ ਪ੍ਰੈਜੈਂਟੇਸ਼ਨ ਪੇਪਰ ਦੇ ਵਿੱਚ ਰਿਕੁਆਇਰਡ ਹੈ। ਠੀਕ ਹੈ ਜੀ। ਇਹਦੇ 'ਚ ਹੁਣ ਹੈ ਕਿ ਜਿਹੜਾ ਪ੍ਰੋਗਰਾਮ ਹੈਗਾ ਹੈ ਉਹਨੂੰ ਮੈਨੇਜ ਕਰਨਾ, ਕੰਟਰੋਲ ਕਰਨ ਦਾ ਕੰਮ ਜਿਹੜਾ ਉਹ ਓਪਰੇਟਿੰਗ ਸਿਸਟਮ ਦਾ ਹੈ। ਕਿ ਇਹ ਤੁਸੀਂ ਅੱਗੇ ਜਾ ਕੇ ਡਿਟੇਲਸ ਪੜੋਗੇ ਕਿ ਮੈਨੇਜ ਅਤੇ ਕੰਟਰੋਲ ਕਿਸ ਤਰੀਕੇ ਨਾਲ ਹੁੰਦਾ ਹੈ। ਥੋੜ੍ਹਾ ਜਿਹਾ ਅਸੀਂ ਅੱਜ ਹੁਣੇ ਵੀ ਇਸੇ ਲੈਕਚਰ ਵਿੱਚ ਵੀ ਡਿਸਕਸ ਕਰਾਂਗੇ, ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਅੱਗੇ ਵੀ ਇਹਨੂੰ ਅਸੀਂ ਡਿਸਕਸ ਕਰਾਂਗੇ। ਸੋ ਨੈਕਸਟ ਇਜ਼, ਓਪਰੇਟਿੰਗ ਸਿਸਟਮ ਇਜ਼ ਅ ਪ੍ਰੋਗਰਾਮ ਦੈਟ ਐਕਟਸ ਐਜ਼ ਐਨ ਇੰਟਰਮੀਡੀਏਟਰ ਬਿਟਵੀਨ ਦ ਕੰਪਿਊਟਰ ਹਾਰਡਵੇਅਰ ਐਂਡ ਦ ਯੂਜ਼ਰ। ਇਟ ਇਜ਼ ਜਸਟ ਦ ਰਿਪਲੇਸਮੈਂਟ ਆਫ ਦ ਵਰਡ ਇੰਟਰਫੇਸ, ਜੋ ਤੁਸੀਂ ਵੀਡੀਓਜ਼ ਵਿੱਚ ਵੀ ਸੁਣਿਆ ਹੈ ਕਿ ਇਟ ਐਕਟਸ ਐਜ਼ ਐਨ ਇੰਟਰਫੇਸ ਬਿਟਵੀਨ ਦ ਯੂਜ਼ਰ ਐਂਡ ਦ ਕੰਪਿਊਟਰ ਹਾਰਡਵੇਅਰ। ਸੋ ਇਨ ਦ ਸੇਮ ਵੇ ਇੰਟਰਫੇਸ ਦਾ ਮਤਲਬ ਕੀ ਹੈ, ਇੱਕ ਵਿਚੋਲੀਏ ਦਾ ਕੰਮ, ਕਿ ਡਾਇਰੈਕਟ ਗੱਲ ਨਹੀਂ ਹੋ ਸਕਦੀ ਯੂਜ਼ਰ ਦੀ ਹਾਰਡਵੇਅਰ ਦੇ ਨਾਲ, ਐਕਸੈਸ ਡਾਇਰੈਕਟ ਨਹੀਂ ਹੋ ਸਕਦੀ। ਇਸ ਕਰਕੇ ਓਪਰੇਟਿੰਗ ਸਿਸਟਮ ਜਿਹੜਾ ਹੈ ਇੱਕ ਤਰ੍ਹਾਂ ਨਾਲ ਇੱਕ ਇੰਟਰਮੀਡੀਏਟਰ ਦਾ ਕੰਮ ਕਰਦਾ ਹੈ। ਇਹ ਇਸੇ ਤਰ੍ਹਾਂ ਹੀ ਅਗਰ ਅਸੀਂ ਸਿੰਪਲੀ ਗੱਲ ਕਰੀਏ, ਜਿਵੇਂ ਤੁਸੀਂ TV ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਜਾਂ ਹੁਣ ਵੀ ਕੋਈ ਵੀ ਮਸ਼ੀਨ ਹੈ ਜਾਂ ਕੁਛ ਹੈ, ਉਹਦੇ ਉੱਪਰ ਬਟਨਸ ਲੱਗੇ ਹੁੰਦੇ ਨੇ, ਉਹ ਐਕਚੁਅਲੀ ਸੈਟ ਆਫ ਪ੍ਰੋਗਰਾਮਸ ਹੁੰਦੇ ਨੇ। ਸਾਡਾ ਕੰਮ ਸਿਰਫ ਉਹਨਾਂ ਬਟਨਸ ਨੂੰ ਸਹੀ ਤਰੀਕੇ ਨਾਲ ਉਹਨੂੰ ਮੂਵ ਕਰਨਾ, ਟਰਨ ਕਰਨਾ, ਰੋਟੇਟ ਕਰਨਾ। ਉਸ ਤੋਂ ਬਾਅਦ ਉਹ ਬਟਨਸ ਜਿਹੜੇ ਨੇ ਅੰਦਰ ਦੀ ਮਸ਼ੀਨਰੀ ਦੇ ਨਾਲ ਜੁੜੇ ਹੁੰਦੇ ਨੇ। ਹੁਣ ਯੂਜ਼ਰ ਕੌਣ ਹੈ? ਯੂਜ਼ਰ ਅਸੀਂ ਹੈਗੇ ਹਾਂ। ਬਟਨ ਜਿਵੇਂ ਆਪਾਂ ਫੋਰ ਐਗਜ਼ਾਮਪਲ ਲਈਏ, ਕੋਈ TV ਲੈ ਲਿਆ ਜਾਂ ਫਿਰ ਅਸੀਂ ਵਾਸ਼ਿੰਗ ਮਸ਼ੀਨ ਲੈ ਲਈ, ਅਸੀਂ ਉਹਦੇ ਉੱਪਰ ਬਟਨਸ ਨੂੰ ਰੋਟੇਟ ਕੀਤਾ ਆਪਣੀ ਮਰਜ਼ੀ ਦੇ ਰਿਕੁਆਇਰਮੈਂਟ ਦੇ ਮੁਤਾਬਿਕ, ਉਸ ਤੋਂ ਬਾਅਦ ਉਸ ਮਸ਼ੀਨ ਨੇ ਫੰਕਸ਼ਨਿੰਗ ਸ਼ੁਰੂ ਕਰ ਦਿੱਤੀ।
ਹੁਣ ਮਸ਼ੀਨ ਦੇ ਅੰਦਰ ਜੋ ਕੁਝ ਸਾਰਾ ਬਿਲਟ ਅਪ ਹੋਇਆ ਹੋਇਆ ਉੱਥੇ ਤੱਕ ਸਾਨੂੰ ਪਹੁੰਚਣ ਦੀ ਲੋੜ ਹੀ ਨਹੀਂ ਹੈ। ਸਾਡਾ ਜੋ ਕੰਮ ਸੀਗਾ ਉਹ ਮਸ਼ੀਨ ਨੇ ਸਮਝ ਲਿਆ ਥਰੂ ਦੀ ਬਟਨਸ। ਸੋ ਦੋਜ਼ ਬਟਨਸ ਜਿਹੜੇ ਹੈਗੇ ਨੇ ਦੇ ਸਰਵ ਐਜ਼ ਦੀ ਆਪਰੇਟਿੰਗ ਸਿਸਟਮ। ਯੂਜ਼ਰ ਕੌਣ ਹੈ? ਅਸੀਂ, ਤੇ ਹਾਰਡਵੇਅਰ ਕੀ ਹੈ? ਉਹ ਵਾਸ਼ਿੰਗ ਮਸ਼ੀਨ ਦੇ ਅੰਦਰ ਦਾ ਇਨਬਿਲਟ ਸਿਸਟਮ। ਸੋ ਕੋਈ ਵੀ ਮਸ਼ੀਨ ਤੁਸੀਂ ਲੈ ਸਕਦੇ ਹੋ, ਉਹਦੇ ਵਿੱਚ ਜੋ ਕਨੈਕਟਿੰਗ ਲਿੰਕ ਹੈ ਬਿਟਵੀਨ ਦ ਯੂਜ਼ਰ ਐਂਡ ਦ ਮਸ਼ੀਨ, ਇਟ ਇਜ਼ ਟਰਮਡ ਐਜ਼ ਦੀ ਆਪਰੇਟਿੰਗ ਸਿਸਟਮ ਇਨ ਕੰਪਿਊਟਰ ਲੈਂਗੁਏਜ। ਠੀਕ ਹੈ ਜੀ। ਇਹਦੇ 'ਚ ਹੁਣ ਅੱਗੇ ਆ ਗਿਆ ਵੇਰੀਅਸ ਆਪਰੇਟਿੰਗ ਸਿਸਟਮਸ ਡਿਵੈਲਪ ਹੋਏ ਨੇ, ਉਹਦੇ 'ਚ ਤੁਸੀਂ MS DOS, Unix, Linux, Windows, ਐਕਸੈਟਰਾ, ਤੁਸੀਂ ਇਹਨਾਂ ਦੇ ਨਾਮ ਵੀ ਸੁਣੇ ਨੇ। ਇਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਆਪ ਖੁਦ ਵੀ ਫੰਕਸ਼ਨ ਯੂਜ਼ ਵੀ ਕੀਤਾ ਹੈ, MS DOS ਦੀਆਂ ਕਮਾਂਡਸ ਵੀ ਤੁਸੀਂ ਐਕਸੈਸ ਕਰਕੇ ਦੇਖੀਆਂ, ਵਿੰਡੋਜ਼ ਦੀਆਂ ਵਰਜ਼ਨਸ ਵੀ ਤੁਹਾਨੂੰ ਪਤਾ ਨੇ ਹਰ ਇੱਕ ਵਿੰਡੋ 'ਚ ਕੀ ਹੈਗਾ ਔਰ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਫੰਕਸ਼ਨ ਲਈ ਯੂਜ਼ ਕਰਦੇ ਹੋ। ਨੈਕਸਟ ਵੀ ਹੈਵ ਵਟ ਆਰ ਦੀ ਫੰਕਸ਼ਨਸ ਆਫ ਆਪਰੇਟਿੰਗ ਸਿਸਟਮ। ਮੈਂ ਇੱਕ ਵੀਡੀਓ ਵੀ ਤੁਹਾਨੂੰ ਸੈਂਡ ਕੀਤੀ ਸੀ ਫੰਕਸ਼ਨ ਦੇ ਉੱਪਰ, ਹੋਪ ਸੋ ਤੁਹਾਨੂੰ ਕੁਛ ਉਹ ਤੋਂ ਆਈਡੀਆ ਮਿਲ ਗਿਆ ਹੋਏਗਾ। ਉਸ ਤੋਂ ਇਲਾਵਾ ਤੁਹਾਡੀ ਸਿਲੇਬਸ ਦੇ ਅਕੋਰਡਿੰਗ ਜੋ ਮੈਟਰ ਹੈ ਉਹਦੇ ਵਿੱਚ ਹੈ, ਫਸਟ ਇਜ਼ ਪ੍ਰੋਸੈਸ ਮੈਨੇਜਮੈਂਟ। ਪ੍ਰੋਗਰਾਮ ਇਨ ਐਗਜੀਕਿਊਸ਼ਨ ਇਜ਼ ਕਾਲਡ ਅ ਪ੍ਰੋਸੈਸ। ਪ੍ਰੋਸੈਸ ਮੀਨਸ ਕ੍ਰਿਆ, ਜੋ ਚੱਲ ਰਿਹਾ ਹੈ, ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ। ਹੁਣ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਉਹਦੀ ਉਹਨੂੰ ਮੈਨੇਜ ਕਰਨ ਦੀ ਕਿੱਥੇ ਲੋੜ ਹੈ? ਓਪਰੇਟਿੰਗ ਸਿਸਟਮ ਉੱਥੇ ਕੀ ਕਰਦਾ ਹੈ? ਓਪਰੇਟਿੰਗ ਸਿਸਟਮ ਕੰਪਿਊਟਰ ਦੇ ਪ੍ਰੋਗਰਾਮ ਨੂੰ ਮੈਨੇਜ ਕਰਦਾ ਹੈ। ਉਹ ਦੇਖਦਾ ਹੈ ਕਿ ਕਿਹੜੀ ਪ੍ਰੋਸੈਸ ਕ੍ਰੀਏਟ ਕਰਨੀ ਹੈ, ਕਿਹੜੀ ਪ੍ਰੋਸੈਸ ਡਿਲੀਟ ਕਰਨੀ ਹੈ, ਔਰ ਉਸ ਤੋਂ ਵੀ ਇਲਾਵਾ ਸ਼ਡਿਊਲਿੰਗ ਆਫ ਵੇਰੀਅਸ ਸਿਸਟਮ ਰਿਸੋਰਸਿਸ। ਸ਼ਡਿਊਲਿੰਗ ਮੀਨਸ, ਮੈਂ ਇੱਥੇ ਲਿਖਿਆ ਜੇ ਐਲੋਕੇਟਿੰਗ, ਕਿ ਸਿਸਟਮ ਰਿਸੋਰਸਿਸ ਦੇ ਕਿਹੜੇ ਹਿੱਸੇ ਨੂੰ ਕਿਹੜੀ ਪ੍ਰੋਸੈਸ ਲਈ ਐਲੋਕੇਟ ਕਰਨਾ ਹੈ। ਇਹ ਸਾਰਾ ਕੁਛ ਉਸੇ ਤਰ੍ਹਾਂ ਹੀ ਹੈ ਜਿਵੇਂ ਅਸੀਂ ਆਮ ਬਿਜ਼ਨਸ ਮੈਨੇਜਮੈਂਟ ਦੀ ਗੱਲ ਕਰਦੇ ਹਾਂ। ਬਿਜ਼ਨਸ ਮੈਨੇਜਮੈਂਟ ਦੇ ਵਿੱਚ ਵੀ ਅਸੀਂ ਕਈ ਚੀਜ਼ਾਂ ਨੂੰ, ਰਿਸੋਰਸਿਸ ਨੂੰ ਮੈਨੇਜ ਕਰਨਾ ਹੁੰਦਾ, ਕਿਹੜਾ ਕੰਮ ਕਿਹੜੀ ਜਗ੍ਹਾ ਤੇ ਕਿਸ ਟਾਈਮ ਤੇ ਰਿਸੋਰਸ ਵਜੋਂ ਪਹੁੰਚਣਾ ਚਾਹੀਦਾ। ਸੋ ਅਗਰ ਅਸੀਂ ਇਸ ਤਰੀਕੇ ਨਾਲ ਪ੍ਰੋਪਰਲੀ ਮੈਨੇਜ ਕਰਾਂਗੇ ਤੇ ਉਹਨੂੰ ਅਸੀਂ ਸਿੰਕਰੋਨਾਈਜੇਸ਼ਨ ਜਾਂ ਸਿਸਟਮੈਟਿਕ ਕੋਆਰਡੀਨੇਸ਼ਨ ਜਾਂ ਫਿਰ ਅਸੀਂ ਉਹਨੂੰ ਆਰਡਰਲੀ ਅਰੇਂਜਮੈਂਟ ਵੀ ਕਹਿ ਸਕਦੇ ਹਾਂ। ਇੱਕ ਛੋਟਾ ਜਿਹਾ ਡਾਇਗ੍ਰਾਮ ਦੇ ਨਾਲ ਬਣਾਇਆ ਹੋਇਆ ਜਿਸ ਡੋਟਸ ਨੇ ਤਿੰਨ ਔਫ ਨਾਲ ਉਹਦੀ ਕਨੈਕਟਿੰਗ ਲਿੰਕਸ ਦਿਖਾ ਰਹੇ ਹਾਂ। ਉਹਦੇ 'ਚ ਇਹੀ ਹੈ ਕਿ ਜੋਬ 1 ਤੋਂ ਜੋਬ 2, ਜੋਬ 2 ਤੋਂ ਜੋਬ 3 ਤੱਕ ਪਹੁੰਚਣ ਦੇ ਵਿੱਚ ਪ੍ਰੋਪਰ ਲਿੰਕੇਜ ਦਾ ਕੰਮ ਜੋ ਹੈ ਉਹ ਓਪਰੇਟਿੰਗ ਸਿਸਟਮ ਕਰਦਾ ਹੈ। ਔਰ ਇਹ ਪ੍ਰੋਸੈਸਿੰਗ ਜਿੱਥੇ ਰਿਕੁਆਇਰਡ ਹੈ, ਜਿਹੜਾ ਟਾਸਕ ਮੋਰ ਦੈਨ ਵਨ ਪ੍ਰੋਸੈਸ ਦੇ ਵਿੱਚ ਖਤਮ ਹੋਣਾ ਹੈ, ਉੱਥੇ ਇਹ ਓਪਰੇਟਿੰਗ ਸਿਸਟਮ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਗੈਪ ਨਾ ਕ੍ਰੀਏਟ ਹੋਵੇ, ਕੋਈ ਡੁਪਲੀਕੇਸ਼ਨ ਨਾ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਮਿਸਮੈਚਿੰਗ ਨਾ ਹੋਵੇ। ਆਈ ਹੋਪ ਯੂ ਗੋਟ ਇਟ। ਨੈਕਸਟ ਇਜ਼ ਮੈਮਰੀ ਮੈਨੇਜਮੈਂਟ। ਦੀ ਓਪਰੇਟਿੰਗ ਸਿਸਟਮ ਮੈਨੇਜਸ ਦਾ ਮੇਨ ਮੈਮਰੀ ਆਫ ਦਾ ਕੰਪਿਊਟਰ ਸਿਸਟਮ। ਇਟ ਟੇਕਸ ਕੇਅਰ ਆਫ ਦੀ ਐਲੋਕੇਸ਼ਨ ਐਂਡ ਡੀ ਐਲੋਕੇਸ਼ਨ ਆਫ ਦੀ ਮੈਮਰੀ ਸਪੇਸ ਟੂ ਦੀ ਵੇਰੀਅਸ ਪ੍ਰੋਗਰਾਮਸ। ਹੁਣ ਮੋਬਾਈਲ ਦੇ ਵਿੱਚ ਵੀ, ਅੱਜ ਕੱਲ੍ਹ ਤਾਂ ਮੋਬਾਈਲ ਬਹੁਤ ਜ਼ਿਆਦਾ ਸਪੇਸ ਵਾਲੇ ਅਵੇਲੇਬਲ ਹੋ ਗਏ ਨੇ, ਜਿਹਦੇ ਵਿੱਚ ਅਸੀਂ 128 GB ਡਾਟਾ ਦੀ ਗੱਲ ਕਰਦੇ ਹਾਂ, 64 GB ਡਾਟਾ ਦੀ ਗੱਲ ਕਰਦੇ ਹਾਂ। ਪਹਿਲੇ ਇਹ ਨਹੀਂ ਸੀ ਹੁੰਦਾ, ਪਹਿਲੇ 8 GB ਡਾਟਾ ਜਾਂ 16 GB ਡਾਟਾ ਜਾਂ ਫਿਰ ਉਹਦੇ ਨਾਲ SD ਕਾਰਡ ਯੂਜ ਕਰਕੇ ਉਹਦੀ ਮੈਮਰੀ ਦੀ ਸਪੇਸ ਸਟੋਰੇਜ ਵਧਾਈ ਜਾਂਦੀ ਸੀ। ਹੁਣ ਇੱਥੇ ਉਹਨਾਂ ਨੇ ਇਹ ਗੱਲ ਕੀਤੀ ਕਿ ਓਪਰੇਟਿੰਗ ਸਿਸਟਮ ਜਿਹੜਾ ਉਹ ਮੈਨੇਜ ਇਨਬਿਲਟ ਸਿਸਟਮ ਹੈ ਜਿਹੜਾ ਕਿ ਮੇਨ ਮੈਮਰੀ ਨੂੰ ਮੈਨੇਜ ਕਰਨ ਦਾ ਕੰਮ ਕਰਦਾ ਹੈ, ਕਿਸ ਚੀਜ਼ ਨੂੰ ਕਿੱਥੇ ਐਲੋਕੇਟ ਤੇ ਡੀ ਐਲੋਕੇਟ ਕਰਨਾ, ਤਾਂ ਕਿ ਕਿਸੇ ਵੀ ਤਰ੍ਹਾਂ ਨਾਲ ਹੈਂਗਿੰਗ ਨਾ ਹੋਵੇ ਸਿਸਟਮ ਦੇ ਵਿੱਚ, ਹੈਂਗ ਨਾ ਹੋ ਜਾਏ, ਫੰਕਸ਼ਨ ਕਰਨਾ ਨਾ ਬੰਦ ਕਰ ਦੇ, ਉਹ ਜ਼ਰੂਰੀ ਹੈ, ਉਹ ਕੰਮ ਓਪਰੇਟਿੰਗ ਸਿਸਟਮ ਕਰਨਾ। ਨੈਕਸਟ ਇਜ਼ ਵੀ ਹੈਵ ਫਾਈਲ ਮੈਨੇਜਮੈਂਟ। ਦੀ ਓਪਰੇਟਿੰਗ ਸਿਸਟਮ ਇਜ਼ ਦ ਕਸਟੋਡੀਅਨ ਆਫ ਦੀ ਫਾਈਲਸ ਐਂਡ ਫਾਈਲ ਰਿਲੇਟਡ ਐਕਟੀਵਿਟੀਜ਼। ਫਾਈਲ ਨਾਲ ਰਿਲੇਟਡ ਐਕਟੀਵਿਟੀਜ਼ ਜੋ ਵੀ ਨੇ ਉਹਨਾਂ ਸਭ ਦਾ ਗਾਰਡੀਅਨ ਦਾ ਕੰਮ ਕਰਦਾ ਹੈ, ਉਹਨਾਂ ਦੀ ਕਸਟਡੀ ਇਹਦੇ ਕੋਲ ਓਪਰੇਟਿੰਗ ਸਿਸਟਮ ਕੋਲ। ਉਹਦੇ ਵਿੱਚ ਕਿਹੜੇ ਕਿਹੜੇ ਕੰਮ ਆਉਂਦੇ ਨੇ ਫਾਈਲ ਦੀ ਕਸਟੋਡੀਅਨ ਦੀ ਹੈਸੀਅਤ ਨਾਲ ਜਾਂ ਫਾਈਲ ਰਿਲੇਟਡ ਐਕਟੀਵਿਟੀਜ਼ ਕਿਹੜੀਆਂ ਨੇ, ਉਹਦੇ 'ਚ ਦਿੱਤਾ ਹੋਇਆ ਐਗਜ਼ਾਮਪਲ ਜਿਵੇਂ ਫਾਈਲ ਔਰਗਨਾਈਜੇਸ਼ਨ, ਸਟੋਰਿੰਗ, ਨੇਮਿੰਗ, ਸ਼ੇਅਰਿੰਗ ਐਂਡ ਪ੍ਰੋਟੈਕਸ਼ਨ ਆਫ ਫਾਈਲਸ। ਮਤਲਬ ਓਪਰੇਟਿੰਗ ਸਿਸਟਮ ਤੁਸੀਂ ਦੇਖੋਗੇ, ਤੁਸੀਂ ਕੋਈ ਵੀ ਫੰਕਸ਼ਨ ਕਰ ਰਹੇ ਹੋ, ਜਿਵੇਂ ਤੁਸੀਂ ਕੁਛ ਟਾਈਪ ਕਰ ਰਹੇ ਹੋ, ਤੁਸੀਂ ਮੇ ਬੀ ਪਾਵਰ ਪੁਆਇੰਟ ਕੰਮ ਕਰ ਰਹੇ ਹੋ ਜਾਂ ਤੁਸੀਂ MS ਵਰਡ ਕੁਛ ਲਿਖ ਰਹੇ ਹੋ, ਤੇ ਉਹ ਨੈਚੁਰਲੀ ਜੇ ਤੁਸੀਂ ਉਹਨੂੰ ਕਲੋਜ਼ ਕਰਨ ਲੱਗੇ ਹੋ ਸਿਸਟਮ ਨੂੰ, ਤਾਂ ਆਪਣੇ ਆਪ ਹੀ ਕਮਾਂਡ ਆਪਣੇ ਆਪ ਹੀ ਪੁੱਛਦਾ ਹੈ ਓਪਰੇਟਿੰਗ ਸਿਸਟਮ ਕਿ ਤੁਸੀਂ ਇਸ ਫਾਈਲ ਨੂੰ ਸੇਵ ਕਰਨਾ ਹੈ। ਤੁਸੀਂ ਕਰਦੇ ਹੋ ਯੈਸ, ਤਾਂ ਫਿਰ ਕਿੱਥੇ ਸੇਵ ਕਰਨਾ ਹੈ ਉਹਦੀ ਲੋਕੇਸ਼ਨ ਆ ਜਾਂਦੀ ਹੈ, ਸੋ ਦੈਟ ਇਜ਼ ਫਾਈਲ ਔਰਗਨਾਈਜੇਸ਼ਨ, ਸਟੋਰਿੰਗ, ਹੈ ਨਾ। ਫਿਰ ਤੁਸੀਂ ਕਿਹੜੇ ਨਾਮ ਨਾਲ ਸੇਵ ਕਰਨਾ ਹੈ, ਫਾਈਲ ਨੇਮ ਦੀ ਆਪਸ਼ਨ ਕ੍ਰੀਏਟ ਆਪੇ ਹੋ ਜਾਂਦੀ ਹੈ। ਮਤਲਬ ਇਹ ਉਹ ਕੰਮ ਨੇ ਜਿਹੜੇ ਕਿ ਯੂਜ਼ਰ ਦੇ ਸਿਰਦਰਦੀ ਜਿਹੜੀ ਆ ਓਪਰੇਟਿੰਗ ਸਿਸਟਮ ਨੇ ਲੈ ਲਈ। ਆਟੋਮੈਟਿਕ ਹੀ ਜਦੋਂ ਯੂਜ਼ਰ ਆਪਣੇ ਸਿਸਟਮ ਨੂੰ ਬੰਦ ਕਰਨ ਲੱਗੇਗਾ, ਤਾਂ ਕਿ ਉਹਨੂੰ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਔਰ ਉਹਨੂੰ ਦੁਬਾਰਾ ਤੋਂ ਰੀਲੋਕੇਟ ਕਰ ਸਕੇ, ਤੇ ਉਹਦੇ ਵਾਸਤੇ ਓਪਰੇਟਿੰਗ ਸਿਸਟਮ ਦੇ ਵਿੱਚ ਇਨਬਿਲਟ ਇਹ ਫੰਕਸ਼ਨਸ ਨੇ
ਕਿ ਉਹ ਆਪਣੇ ਆਪ ਹੀ ਉਸ ਤੁਹਾਡੀ ਯੂਜ਼ਰ ਦੀ ਕ੍ਰੀਏਟ ਕੀਤੀ ਹੋਈ ਫਾਈਲ ਨੂੰ ਮੈਨੇਜ ਕਰ ਦੇਗਾ। ਉਹ ਆਪਣੇ ਆਪ ਹੀ ਪੁੱਛ ਲਏਗਾ ਇੱਕ ਗੁੱਡ ਸਰਵੈਂਟ ਵਾਂਗ ਕਿ ਹਾਂਜੀ ਇਹ ਜਿਹੜਾ ਮੈਟਰ ਤੁਸੀਂ ਹੁਣੇ ਲਿਖਿਆ ਕਿ ਤੁਸੀਂ ਇਹਨੂੰ ਸੇਵ ਕਰਨਾ ਚਾਹੁੰਦੇ ਹੋ, ਕਿੱਥੇ ਕਰਨਾ ਚਾਹੁੰਦੇ ਹੋ, ਕਿਹੜੇ ਨਾਮ ਨਾਲ ਕਰਨਾ ਚਾਹੁੰਦੇ ਹੋ, ਜਾਂ ਪ੍ਰੋਟੈਕਸ਼ਨ ਰਿਲੇਟਡ ਕੁਛ ਅਗਰ ਹੈ ਤਾਂ ਉਹਦੇ ਲਈ ਵੀ ਜਿਹੜੀ ਆਪਣੇ ਆਪ ਹੀ ਇੱਕ ਅਲਾਰਮਸ ਜਾਂ ਵਾਰਨਿੰਗਸ ਜਾਂ ਮੈਸੇਜਸ ਜਾਂ ਨੋਟੀਫਿਕੇਸ਼ਨ ਆ ਜਾਂਦੀ ਹੈ ਨਾਲ ਦੀ ਨਾਲ, ਔਰ ਤੁਸੀਂ ਉਸ ਤੋਂ ਬਾਅਦ ਉਹਨੂੰ ਅਪਡੇਟ ਕਰ ਲੈਂਦੇ ਹੋ। ਠੀਕ ਹੈ ਜੀ। ਸੋ ਇਹਦੇ 'ਚ ਹੈ ਨੈਕਸਟ ਵੀ ਹੈਵ ਇਸ ਡਿਵਾਈਸ ਮੈਨੇਜਮੈਂਟ। ਦ ਓਪਰੇਟਿੰਗ ਸਿਸਟਮ ਮੈਨੇਜਿਸ ਆਲ ਦ ਇਨਪੁੱਟ ਐਂਡ ਆਊਟਪੁੱਟ ਡਿਵਾਈਸਿਸ। IO devices means input and output devices. ਉਹਦੇ 'ਚ ਹੈ ਕਿ ਰਿਕੁਐਸਟ ਐਂਡ ਪ੍ਰੋਸੈਸਿਸ ਫਰੋਮ ਇਨਪੁੱਟ ਡਿਵਾਈਸਿਸ ਆਊਟਪੁੱਟ ਡਿਵਾਈਸਿਸ, ਫਿਰ ਉਸ ਤੋਂ ਬਾਅਦ ਇਸ਼ੂਜ ਦੀ ਕਮਾਂਡ ਟੂ ਦ ਇਨਪੁੱਟ ਐਂਡ ਆਊਟਪੁੱਟ ਡਿਵਾਈਸਿਸ ਐਂਡ ਇਨਸ਼ੋਰਸ ਇਟ ਕਰੈਕਟ ਡਾਟਾ ਟ੍ਰਾਂਸਮਿਸ਼ਨ ਇਜ਼ ਟੇਕਿੰਗ ਪਲੇਸ ਟੂ ਐਂਡ ਫਰੋਮ ਦੀ ਇਨਪੁੱਟ ਐਂਡ ਆਊਟਪੁੱਟ ਡਿਵਾਈਸਿਸ। ਮਤਲਬ ਜਿਹੜਾ ਆਪਣੀ ਅਸੀਂ ਬੇਸਿਕ ਡਾਇਗਰਾਮ ਸ਼ੁਰੂ 'ਚ ਕਰਦੇ ਹੁੰਦੇ ਹਾਂ ਕੰਪਿਊਟਰ ਨੂੰ ਲੈ ਕੇ, ਉੱਪਰ ਉਹਦਾ ਕਿਸ ਤਰ੍ਹਾਂ ਦੀ ਸਿਸਟਮ ਫੰਕਸ਼ਨਿੰਗ ਕਿਵੇਂ ਹੈ, ਇਨਪੁੱਟ ਇਜ਼ ਦੈਨ ਇਟ ਲੀਡਸ ਟੂ ਪ੍ਰੋਸੈਸਿੰਗ ਐਂਡ ਦੈਨ ਇਟ ਲੀਡਸ ਟੂ ਆਊਟਪੁੱਟ, ਮਤਲਬ ਉਹਦਾ ਪ੍ਰੋਪਰ ਸੀਕੁਐਂਸ ਜਿਹੜਾ ਹੈਗਾ ਉਹ ਫੋਲੋ ਹੋਵੇ, ਉਹ ਡਿਵਾਈਸ ਮੈਨੇਜਮੈਂਟ ਦੇ ਅੰਦਰ ਆਉਂਦਾ ਹੈ ਔਰ ਉਹ ਸਾਰਾ ਕੰਮ ਜੋ ਹੈ ਓਪਰੇਟਿੰਗ ਸਿਸਟਮ ਦਾ ਹੈ। ਠੀਕ ਹੈ। ਦੈਨ ਵੀ ਹੈਵ ਨੈਕਸਟ ਇਜ਼ ਸਿਕਿਉਰਿਟੀ ਐਂਡ ਪ੍ਰੋਟੈਕਸ਼ਨ। ਇੱਕ ਲਾਈਨ ਇੱਕ ਹੋਰ ਡਿਸਕਸ ਕਰਨੀ ਹੈ ਡਿਵਾਈਸ ਮੈਨੇਜਮੈਂਟ ਦੇ ਵਿੱਚ ਕਿ ਇਟ ਇਜ਼ ਆਲਸੋ ਪ੍ਰੋਵਾਈਡਸ ਐਜ਼ ਐਨ ਇੰਟਰਫੇਸ ਔਰ ਸਰਵਸ ਐਜ਼ ਐਨ ਇੰਟਰਫੇਸ ਬਿਟਵੀਨ ਦ ਡਿਵਾਈਸ ਐਂਡ ਦ ਰੈਸਟ ਆਫ ਦ ਸਿਸਟਮ, ਤਾਂ ਕਿ ਡਿਵਾਈਸ ਅਤੇ ਬਾਕੀ ਜਿਹੜਾ ਚੱਲਦਾ ਹੋਇਆ ਸਿਸਟਮ ਹੈ ਜਿਹਦੇ ਵਿੱਚ ਉਹਦੇ ਪ੍ਰੋਗਰਾਮਸ ਆਉਂਦੇ ਨੇ, ਉਹ ਸਾਰਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਦਿੱਕਤ ਨਾ ਆਵੇ ਔਰ ਆਪਸ ਵਿੱਚ ਕਨੈਕਟਿੰਗ ਲਿੰਕ ਬਣ ਸਕੇ। ਦੈਨ ਵੀ ਹੈਵ ਸਿਕਿਉਰਿਟੀ ਐਂਡ ਪ੍ਰੋਟੈਕਸ਼ਨ। ਸੋ ਕੰਪਿਊਟਰ ਸਟੋਰਸ ਲਾਰਜ ਵੋਲਿਊਮ ਆਫ ਡਾਟਾ ਵਿਚ ਇਜ਼ ਹਾਈਲੀ ਸੈਂਸਿਟਿਵ ਐਂਡ ਵੈਲੂਏਬਲ ਟੂ ਦ ਯੂਜ਼ਰਸ। ਦ ਓਪਰੇਟਿੰਗ ਸਿਸਟਮ ਇਟ ਇਨਸ਼ੋਰਸ ਦੈਟ ਦ ਸਿਕਿਉਰਿਟੀ ਆਫ ਦ ਸਿਸਟਮ ਡਾਟਾ ਇਜ਼ ਮੇਨਟੇਨਡ ਐਂਡ ਹੈਂਸ ਪ੍ਰੋਟੈਕਟਡ ਅਗੇਂਸਟ ਡਿਸਟਰਕਸ਼ਨ ਐਂਡ ਅਨਆਥੋਰਾਈਜ਼ਡ ਅਕਸੈਸ। ਪੁੱਛ ਲੈਂਦਾ ਹੈ ਓਪਰੇਟਿੰਗ ਸਿਸਟਮ ਤੁਹਾਡੇ ਕੋਲੋਂ ਕਿ ਕੀ ਤੁਸੀਂ ਇਹਨੂੰ ਪਾਸਵਰਡ ਪ੍ਰੋਟੈਕਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਇਹਨੂੰ ਸੇਫ ਰੱਖਣਾ ਚਾਹੁੰਦੇ ਹੋ, ਔਰ ਅਗਰ ਕੋਈ ਵਾਇਰਸ ਦੀ ਕੋਈ ਇੰਟਰੂਜਨ ਹੈਗੀ ਹੈ ਤਾਂ ਉਹਦਾ ਵੀ ਨਾਲ ਦੀ ਨਾਲ ਮੈਸੇਜ ਆ ਜਾਂਦਾ ਹੈ ਕਿ ਦੇਅਰ ਇਜ਼ ਸਮ ਥ੍ਰੈਟ ਨੋਟੀਫਿਕੇਸ਼ਨ ਆਰ ਗਿਵਨ, ਅਤੇ ਤੁਸੀਂ ਉਹਦੇ ਅਕੋਰਡਿੰਗ ਜੋ ਰਿਕੁਆਇਰਡ ਸਟੈਪਸ ਨੇ ਉਹ ਤੁਸੀਂ ਲੈ ਲੈਂਦੇ ਹੋ। ਠੀਕ ਹੈ ਜੀ। ਨੈਕਸਟ ਵੀ ਹੈਵ ਜੋਬ ਸਿਕੁਐਂਸਿੰਗ। ਜੋਬ ਸਿਕੁਐਂਸਿੰਗ ਇਜ਼ ਐਕਚੁਲੀ ਦੈਟ ਦੀ ਜੋਬ ਮਸਟ ਫੋਲੋ ਅ ਪਰਟੀਕੁਲਰ ਸੀਕੁਐਂਸ। It is the duty of the operating system to ensure that the jobs entered in the computer are executed automatically in the given sequence. Jive vich main likhya hai job 1 it will lead to job 2 and then to job 3. Theek hai, proper sequence follow hoega. Eh isi tarah hi hai ki jive assi bahar kisi jagah te bahut sare logan nu ikatthe kar liya, hun unhan nu turn by turn attend kita jayega. Ek system create karke koi na koi hoega utthe jo ki ਉਹਨਾਂ ਨੂੰ ਬਾਏ ਟਰਨ ਬਾਏ ਟਰਨ ਐਂਟਰ ਕਰਵਾਏਗਾ। ਮੇ ਬੀ ਇਟ ਇਜ਼ ਅ ਹੋਸਪਿਟਲ ਔਰ ਸਮਵੇਅਰ ਐਲਸ ਪਬਲਿਕ ਯੂਟੀਲਿਟੀ ਸਰਵਿਸਿਜ਼ ਕਿਤੇ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕਿਓਸ ਨਾ ਕ੍ਰੀਏਟ ਹੋਵੇ। ਸੋ ਜੋਬ ਸਿਕੁਐਂਸਿੰਗ ਦਾ ਕੰਮ ਇੱਥੇ ਓਪਰੇਟਿੰਗ ਸਿਸਟਮ ਕਰਦਾ, ਅਸੀਂ ਕਿੰਨੇ ਸਾਰੇ ਇਨਪੁੱਟ ਦੇ ਤੇ, ਜਾਂ ਫਿਰ ਅਸੀਂ ਅਗਰ ਮਲਟੀ ਯੂਜ਼ਰ ਵੀ ਹੈਗੇ ਹਾਂ ਤਾਂ ਕਿੰਨੇ ਸਾਰੇ ਇਨਪੁੱਟ ਡਿਫਰੈਂਟ ਕੁਆਟਰਸ ਤੋਂ ਆ ਰਹੇ ਨੇ, ਅਤੇ ਫਿਰ ਉਸ ਟਾਈਮ 'ਤੇ ਕਿਹੜੇ ਜੋਬ ਨੂੰ ਜਾਂ ਕਿਹੜੇ ਇਨਪੁੱਟ ਦੇ ਉੱਪਰ ਪ੍ਰੋਸੈਸਿੰਗ ਪਹਿਲੀ ਹੋਏਗੀ, ਉਹਦੇ ਲਈ ਇੱਕ ਸਿਸਟਮ ਫੋਲੋ ਕੀਤਾ ਜਾਏਗਾ ਔਰ ਉਹ ਜਿਹੜਾ ਕੰਮ ਹੈ ਮੈਨੇਜ ਕਰਨ ਦਾ ਉਹ ਓਪਰੇਟਿੰਗ ਸਿਸਟਮ ਦਾ ਕੰਮ ਹੈ। ਨੈਕਸਟ ਵੀ ਹੈਵ ਹੈਂਡਲਿੰਗ ਐਰਰਸ। ਓਪਰੇਟਿੰਗ ਸਿਸਟਮ ਹੈਂਡਲਸ ਐਰਰਸ ਐਜ਼ ਐਂਡ ਵੈਨ ਦੇ ਅਕਰ ਐਂਡ ਪ੍ਰੋਵਾਈਡਸ ਕਰੈਕਸ਼ਨ ਰੂਟੀਨਸ ਟੂ ਰਿਮੂਵ ਦੈਮ। ਦ ਐਫੀਸ਼ੀਐਂਸੀ ਆਫ ਐਨ ਓਪਰੇਟਿੰਗ ਸਿਸਟਮ ਐਂਡ ਓਵਰਆਲ ਪਰਫੋਰਮੈਂਸ ਆਫ ਕੰਪਿਊਟਰ ਇਜ਼ ਮੈਜਰਡ ਬਾਏ ਟੂ ਫੈਕਟਰਸ। ਫਸਟ ਇਜ਼ ਟਰਨ ਅਰਾਊਂਡ ਟਾਈਮ ਐਂਡ ਨੈਕਸਟ ਇਜ਼ ਥਰੂਪੁੱਟ। ਇਹਦੇ 'ਚ ਹੈ ਟਰਨ ਅਰਾਊਂਡ ਟਾਈਮ ਦੇ ਵਿੱਚ ਹੈ the time interval between the time when user submits his job to the system for processing and the time when he receives the result. It is known as response time. Ek number li a question a concept important hai. Dekho user jado submit karda hai apna job to the system, ode utte main ek I likhya hai, that is stands for input. ki jado assi koi system de vich koi kam karan layi command ditti hai, matlab assi submit kita hai koi job, that is input. ਕਾਹਦੇ ਲਈ ਦਿੱਤਾ ਹੈ? ਫੋਰ ਪ੍ਰੋਸੈਸਿੰਗ ਲਈ, ਦੈਟ ਇਜ਼ ਪੀ। ਐਂਡ ਫਿਰ ਅਸੀਂ ਜਦੋਂ ਰਿਸੀਵ ਕਰਦੇ ਹਾਂ ਰਿਜ਼ਲਟ, ਦੈਟ ਇਜ਼ ਓ। ਦੈਟ ਮੀਨਸ ਅਗੇਨ ਉਹੀ ਅਸੀਂ ਸਿਸਟਮ ਦੀ ਗੱਲ ਕਰ ਰਹੇ ਹਾਂ, ਫੰਕਸ਼ਨਿੰਗ ਦੀ, ਕਿਸ ਤੋਂ ਓਪਰੇਟਿੰਗ ਸਿਸਟਮ ਵਰਕ ਕਰੇਗਾ। ਇਨਪੁੱਟ ਵਿਲ ਲੀਡ ਟੂ ਪ੍ਰੋਸੈਸਿੰਗ ਐਂਡ ਪ੍ਰੋਸੈਸਿੰਗ ਵਿਲ ਲੀਡ ਟੂ ਆਊਟਪੁੱਟ। ਹੁਣ ਉਹਨਾਂ ਨੇ ਗੱਲ ਕੀਤੀ ਰਿਸਪੋਂਸ ਟਾਈਮ ਵਿੱਚ ਕਿੱਥੇ ਆਉਂਦਾ ਹੈ ਕਿ ਜਿੰਨਾ ਕੁ ਟਾਈਮ ਸਾਨੂੰ ਲੱਗੇਗਾ ਇਨਪੁੱਟ ਦੇਣ ਤੋਂ ਬਾਅਦ ਅਤੇ ਆਊਟਪੁੱਟ ਲੈਣ ਤੋਂ ਪਹਿਲਾਂ ਵਿਚਕਾਰ ਜਿਹੜਾ ਟਾਈਮ ਹੈ, that is known as response time, yani use time lag bhi kehnde hain, kinna time vich kar lagega sada kam
ਸਾਡੇ ਕੋਲ ਰਿਜ਼ਲਟ ਦੀ ਫਾਰਮ ਵਿੱਚ ਸਾਡੇ ਕੋਲ ਆ ਜਾਏ ਸੋ ਇਨ ਬਿਟਵੀਨ ਟਾਈਮ ਇਟ ਇਜ਼ ਨੋਨ ਐਜ਼ ਦੀ ਰਿਸਪੋਂਸ ਟਾਈਮ ਇਟ ਇਜ਼ ਵੈਰੀ ਇੰਪੋਰਟੈਂਟ ਵੈਨ ਮਲਟੀਪਲ ਯੂਜ਼ਰ ਸ਼ੇਅਰ ਦਾ ਸੇਮ ਸਿਸਟਮ ਠੀਕ ਹੈ ਜੀ ਦੈਨ ਥਰੂਆਊਟ ਦਾ ਟੋਟਲ ਵੋਲਿਊਮ ਆਫ ਵਰਕ ਪਰਫੋਰਮਡ ਬਾਏ ਦੀ ਸਿਸਟਮ ਓਵਰ ਅ ਗਿਵਨ ਪੀਰੀਅਡ ਆਫ ਟਾਈਮ ਹੁਣ ਇਹਦੇ ਵਿੱਚ ਹੈਗਾ ਹੈ ਪਹਿਲੇ ਵਿੱਚ ਸੀਗਾ ਕਿ ਇੱਕ ਟਾਈਮ ਤੇ ਇੱਕ ਜੋਬ ਦਾ ਇਨਪੁੱਟ ਔਰ ਉਹਦੇ ਆਊਟਪੁੱਟ ਦੇ ਵਿਚਕਾਰ ਦਾ ਜੋ ਟਾਈਮ ਹੈ ਉਹਦੀ ਗੱਲ ਹੋ ਰਹੀ ਸੀ ਉਹਨੂੰ ਮੈਨੇਜ ਕਰਨਾ ਉਹਨੂੰ ਕੰਟਰੋਲ ਕਰਨਾ ਇਹਦੇ ਵਿੱਚ ਹੁਣ ਸੈਕਿੰਡ 'ਚ ਹੈ ਕਿ ਟੋਟਲ ਵੋਲਿਊਮ ਕੰਮ ਜਿਹੜਾ ਸਿਸਟਮ ਨੇ ਪਰਫੋਰਮ ਕੀਤਾ ਗਿਵਨ ਟਾਈਮ ਪੀਰੀਅਡ ਜਿਵੇਂ ਅਸੀਂ ਕੁਛ ਐਗਰੀਗੇਟ ਨਿਕਾਲ ਲੈਂਦੇ ਹਾਂ ਸੋ ਇਹ ਵਾਲੇ ਕੰਮ ਦੀ ਵੀ ਜਿਹੜੀ ਉਹ ਇੱਕ ਗਿਣਤੀ ਮਿਣਤੀ ਹੈ ਜੋ ਮੈਜਰਮੈਂਟ ਹੈ ਉਹ ਵੀ ਓਪਰੇਟਿੰਗ ਸਿਸਟਮ ਦਾ ਹੀ ਕੰਮ ਹੈ ਉੱਥੋਂ ਹੀ ਫਿਰ ਸਾਨੂੰ ਓਪਰੇਟਿੰਗ ਸਿਸਟਮ ਦੀ ਐਫੀਸ਼ੀਐਂਸੀ ਬਾਰੇ ਵੀ ਪਤਾ ਚੱਲਦਾ ਹੈ ਸੋ ਡਿਫਰੈਂਟ ਓਪਰੇਟਿੰਗ ਸਿਸਟਮਸ ਲਾਈਕ ਸਿੰਗਲ ਯੂਜ਼ਰ ਓਪਰੇਟਿੰਗ ਸਿਸਟਮ ਮਲਟੀ ਯੂਜ਼ਰ ਓਪਰੇਟਿੰਗ ਸਿਸਟਮ ਡਿਸਟ੍ਰੀਬਿਊਟਿਡ ਓਪਰੇਟਿੰਗ ਸਿਸਟਮ ਐਂਡ ਪੈਰਲਲ ਪ੍ਰੋਸੈਸਿੰਗ ਓਪਰੇਟਿੰਗ ਸਿਸਟਮ ਹੈਵ ਬੀਨ ਡਿਵੈਲਪਡ ਸੋ ਦਿਸ ਇਜ਼ ਆਲ ਫੋਰ ਦਿਸ ਲੈਕਚਰ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਏਗਾ ਨੋਟ ਓਨਲੀ ਵਟ ਇਜ਼ ਓਪਰੇਟਿੰਗ ਸਿਸਟਮ ਹੈ ਨਾ ਕਿ ਇੰਟਰਮੀਡੀਏਟ ਹੈ ਇੰਟਰਮੀਡੀਏਰੀ ਦਾ ਕੰਮ ਕਰਦਾ ਹੈ ਬਟਵੀਨ ਦ ਯੂਜ਼ਰ ਐਂਡ ਦੀ ਹਾਰਡਵੇਅਰ ਇੰਟਰਫੇਸ ਵੀ ਕਹਿ ਸਕਦੇ ਹਾਂ ਇੱਕ ਉਹ ਇਨਵਾਇਰਮੈਂਟ ਪ੍ਰੋਵਾਈਡ ਕਰਦਾ ਹੈ ਯੂਜ਼ਰ ਨੂੰ ਤਾਂ ਕਿ ਉਹ ਅਸੈਸ ਕਰ ਸਕੇ ਪੂਰੀ ਤਰ੍ਹਾਂ ਨਾਲ ਜੋ ਵੀ ਹਾਰਡਵੇਅਰ ਤੱਕ ਉਹਦੀ ਪਹੁੰਚ ਹੋ ਸਕੇ ਮਤਲਬ ਹਾਰਡਵੇਅਰ ਤੱਕ ਪਹੁੰਚਣ ਦਾ ਪਰਪਸ ਹੈ ਕਿ ਉਹਨੇ ਆਊਟਪੁੱਟ ਲੈਣਾ ਔਰ ਉਸ ਤੋਂ ਇਲਾਵਾ ਡਿਫਰੈਂਟ ਫੰਕਸ਼ਨਸ ਜੋ ਕਿ ਓਪਰੇਟਿੰਗ ਸਿਸਟਮ ਪਰਫੋਰਮ ਕਰਦਾ ਹੈ ਚਾਹੇ ਉਹ ਪ੍ਰੋਸੈਸ ਮੈਨੇਜਮੈਂਟ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸਿਕਵੈਂਸਿੰਗ ਹੈ ਓਪਰੇਸ਼ਨ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਟਾਈਮ ਮੈਨੇਜਮੈਂਟ ਹੈਗੀ ਹੈ ਜਾਂ ਪ੍ਰੋਟੈਕਸ਼ਨ ਜਾਂ ਸਿਕਿਉਰਿਟੀ ਨਾਲ ਲਿੰਕ ਚੀਜ਼ਾਂ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇ ਆਲ ਇਨਕੋਰਪੋਰੇਟ ਇਨ ਦੀ ਫੰਕਸ਼ਨਸ ਆਫ ਓਪਰੇਟਿੰਗ ਸਿਸਟਮ ਆਈ ਹੋਪ ਯੂ ਹੈਵ ਆਲ ਅੰਡਰਸਟੂਡ ਦਿਸ ਇਫ ਦੇਅਰ ਐਨੀ ਡਾਊਟ ਯੂ ਕੈਨ ਕੰਟੈਕਟ ਮੀ ਐਂਡ ਥੈਂਕ ਯੂ ਨੈਕਸਟ ਟੌਪਿਕ ਅਸੀਂ ਨੈਕਸਟ ਵੀਡੀਓ 'ਚ ਡਿਸਕਸ ਕਰਾਂਗੇ ਥੈਂਕਸ